ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਵੱਖ ਵੱਖ ਜਥੇਬੰਦੀਆਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੀ ਹੈ, ਜਿਸ ਦੇ ਤਹਿਤ ਹੁਣ ਸੂਬੇ ਭਰ ਦੇ ਡੇਅਰੀ ਮਾਲਕਾਂ ਵੱਲੋਂ ਵੇਰਕਾ ਮਿਲਕ ਪਲਾਂਟ ਲੁਧਿਆਣਾ ਦਾ ਘਿਰਾਓ 24 ਅਗਸਤ ਨੂੰ ਅਣਮਿੱਥੇ ਸਮੇਂ ਦੇ ਲਈ ਕੀਤਾ ਜਾਵੇਗਾ। ਕਰੀਬ 300 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਨਾ ਕਰਨ ਤੇ ਵੇਰਕਾ ਮਿਲਕ ਪਲਾਂਟ ਦੇ ਬਾਹਰ ਸਰਕਾਰ ਦੇ ਖਿਲਾਫ ਜੰਮ ਕੇ ਪਿੱਟ ਸਿਆਪਾ ਕੀਤਾ ਜਾਵੇਗਾ। ਇਸ ਮੌਕੇ ਡੇਅਰੀ ਮਾਲਕਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਸਾਨੂੰ 21 ਮਈ ਨੂੰ ਮੋਹਾਲੀ ਵੇਰਕਾ ਮਿਲਕ ਪਲਾਂਟ ਦੇ ਬਾਹਰ ਆਸ਼ਵਾਸਨ ਦਿੱਤਾ ਸੀ ਕਿ ਤੁਹਾਡੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ, ਪਰ 3 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਥਿਤੀ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ, ਜਿਸ ਦੇ ਤਹਿਤ ਸੂਬੇ ਭਰ 'ਚੋਂ ਹਜ਼ਾਰਾਂ ਡੇਅਰੀ ਮਾਲਕ ਵੱਡਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਨੇ। ਸਾਡਾ ਵੱਧ ਤੋਂ ਵੱਧ ਮਤਲਬ ਪੂਰਾ ਇਕੱਠ ਕਰਾਂਗੇ, ਪੂਰਾ ਜ਼ੋਰ ਸ਼ੋਰ ਨਾਲ ਜਾਵਾਂਗੇ, ਟਰਾਲੀਆਂ 'ਤੇ ਅਸੀਂ ਤਰਪਾਲਾਂ ਪਾ ਕੇ ਪੂਰਾ ਪ੍ਰਬੰਧ ਕਰਕੇ ਖਾਣੇ ਪੀਣੇ ਦਾ ਪ੍ਰਬੰਧ ਅਣਮਿੱਥੇ ਸਮੇਂ ਲਈ ਧਰਨਾ ਲਾਉਣਾ ਜੀ ਅਸੀਂ, ਜਿੰਨਾ ਵੱਧ ਤੋਂ ਵੱਧ ਟਾਈਮ ਜਦੋਂ ਤੱਕ ਮੰਗਾਂ ਸਾਡੀਆਂ ਮੰਗੀਆਂ ਨਹੀਂ ਆਉਣਗੀਆਂ ਵਾਪਸ ਨਹੀਂ ਆਵਾਂਗੇ। ਅਸੀਂ ਸੜਕਾਂ 'ਤੇ ਇੱਥੇ ਰੁਲ ਨਹੀਂ ਦੇਵਾਂਗੇ। ਇਹ ਸਾਰਾ ਜੋ ਸਰਕਾਰ ਕਹਿੰਦੀਆਂ ਨੇ ਹਾਲ ਤੱਕ ਜਿਹੜੀਆਂ ਕਹਿੰਦੀਆਂ ਆਈਆਂ, ਇਹ ਉਹਨਾਂ ਦੇ ਨਾਲ ਦੀ ਸਰਕਾਰ, ਰਲਦੀ ਮਿਲਦੀ ਸਰਕਾਰ ਹੋਊਗੀ, ਜਿੰਨਾ ਮਰਜ਼ੀ ਕਹੀ ਜਾਣ, ਅਸੀਂ ਜਦੋਂ ਸਾਡੇ ਨਾਲ ਪੈਸੇ ਮੰਨ ਹੋ ਗਏ ਜੀ, ਮੰਨ ਕੇ ਧਾਲੀਵਾਲ ਸਾਹਿਬ ਖੁਦ ਮੰਨੇ ਨੇ, ਚੀਮਾ ਸਾਹਿਬ ਮੰਨੇ ਨੇ, ਆਪ ਕਿਹਾ ਵੀ ਹਾਂ ਤੁਹਾਨੂੰ ਇੰਨੇ ਪੈਸੇ ਸਾਡੇ, ਤੁਹਾਡਾ ਤਿਆਰੀ ਅਸੀਂ ਬਸ ਪਾ ਦੇਣੇ ਨੇ ਅਗਲੀ ਵਾਰੀ ਅਗਲੇ, ਅੱਜ ਕਰਦੇ ਕਰਦੇ ਮਈ ਤੋਂ ਬਾਅਦ ਅੱਜ ਆਹ ਦਿਨ ਦੇਖਣੇ ਪੈ ਗਏ, ਇਸ ਕਰਕੇ ਸਾਨੂੰ ਜਾ ਕੇ ਉੱਥੇ ਬੈਠ ਕੇ ਧਰਨਾ ਲਾਉਣਾ ਪੈਣਾ ਜੀ, ਮਜਬੂਰੀ ਦੇ ਕਾਰਨ ਧਰਨਾ ਲਾਵਾਂਗੇ, ਜਿੰਨਾ ਸਮਾਂ ਬੈਠਾ ਸਾਡੇ ਅਕਾਊਂਟ 'ਚ ਨਹੀਂ ਪੈਸੇ ਪੈਂਦੇ ਸੀ ਆਉਂਦੇ ਨੂੰ। ਵੇਰਕਾ ਨੇ ਤਾਂ ਪਿੱਛੇ ਕੁਛ ਦਿਨ ਪਹਿਲਾਂ ਦੁੱਧ ਮਹਿੰਗਾ ਵੀ ਕੀਤਾ, ਉਹ ਪ੍ਰੋਫਿਟ ਲੈ ਰਹੇ ਆ ਤੁਹਾਡੇ ਉੱਤੋਂ ਦੁੱਧ। ਵੇਰਕਾ ਦੇਖੋ ਜੀ, ਜਦੋਂ ਤਾਂ ਰੇਟ ਉਹਨਾਂ ਨੇ ਵਧਾਉਣਾ ਆ, ਸਾਨੂੰ ਤਾਂ ਕੋਈ ਪੁੱਛਦਾ ਨਹੀਂ, ਜਦੋਂ ਸਰਕਾਰ ਦੇ ਮਿੰਟ ਸਰਕਾਰ ਜੇ ਤਾਂ ਧਿਆਨ 'ਚ ਆਉਂਦਾ ਵੀ ਹੈ ਨਾ ਜੀ, ਵੀ ਇਹ ਦੇ ਸਾਡੇ ਵੱਲ ਜਦੋਂ ਅਸੀਂ ਪ੍ਰੋਟੈਸਟ ਕਰਨਾ ਹੀ, ਸਾਡੇ ਮੇਨ ਮਕਸਦ ਹੋ ਗਿਆ ਵੀ ਜੇ ਪ੍ਰੋਟੈਸਟ ਕਰਾਂਗੇ ਤਾਂ ਸਾਨੂੰ ਰੇਟ ਮਿਲੇਗਾ। ਇਹ ਕੰਪਨੀਆਂ ਕਿਉਂ ਨਹੀਂ ਪ੍ਰੋਟੈਸਟ ਕਰਦੀਆਂ ਜੀ, ਕੋਈ ਕੰਪਨੀ ਪ੍ਰੋਟੈਸਟ ਕਰਦੀ ਹੈ? ਕਦੇ ਤੁਹਾਨੂੰ ਸੁਣਿਆ ਵੀ ਅੱਜ ਵਧਾ ਰਹੇ ਹਾਂ ਰੇਟ, ਅਸੀਂ ਇਹ ਕਰ ਰਹੇ ਹਾਂ? ਜਿਸ ਦਿਨ ਸਾਡੇ ਕੱਟ ਮਾਰਨਾ ਜੀ, ਸਾਨੂੰ ਤਾਂ ਇਹ ਵੀ ਨਹੀਂ ਦੱਸਦੇ, ਸਾਨੂੰ ਤਾਂ ਜਦੋਂ ਪਤਾ ਲੱਗਾ ਤਾਂ ਤੁਹਾਡਾ ਇੰਨਾ ਕਟੌਤੀ ਕਰਤੀ, ਤੁਹਾਡਾ ਦੁੱਧ ਦਾ ਰੇਟ ਘਟਾ ਦਿੱਤਾ ਗਿਆ ਜੀ। ਆਪ ਦਾ ਕਿਸ ਦਿਨ, ਤੁਸੀਂ ਆਪ ਪੱਤਰਕਾਰ ਹੋ, ਸਾਰੇ ਜਾਣੇ ਹੋਣੇ ਹੋ, ਕਿਸ ਦਿਨ ਇਹਨਾਂ ਨੇ ਕਿਹਾ ਵੀ ਸਾਡਾ ਅੱਜ ਇਹ ਰੇਟ ਘਟਿਆ? ਕਦੇ ਵੀ ਅੱਜ ਤੱਕ ਤੁਸੀਂ ਪਿੱਛੇ ਬੈਕਗ੍ਰਾਊਂਡ ਧਿਆਨ ਮਾਰੋ ਵੀ ਕਦੇ ਰੇਟ ਘਟਿਆ ਇਹਨਾਂ ਨੇ ਅਨਾਊਂਸ ਕੀਤਾ? ਦੇਖੋ ਜੀ, ਅਸੀਂ ਤਾਂ ਦੁੱਧ ਤਾਂ ਜਿਹੜੀ ਬੰਦ ਕਰਨ 'ਤੇ ਨੌਬਤ ਆ ਗਈ, ਵੀ ਤਾਂ ਅਸੀਂ ਫਿਰ ਦੁੱਧ ਬੰਦ ਕਰਨਾ ਵੀ ਅਸੀਂ ਮੰਨਾਂਗੇ, ਜੇ ਆਪਣੇ ਆਪ ਨੂੰ ਹਾਰ ਸਾਰੇ ਪਾਸੋਂ ਸਾਡੇ ਦਰਵਾਜ਼ੇ ਬੰਦ ਕਰਤੇ ਗੌਰਮੈਂਟ ਨੇ, ਫਿਰ ਅਸੀਂ ਦੁੱਧ ਪਾ ਕੇ ਵੀ ਕੀ ਕਰਾਂਗੇ ਜੀ? ਇੱਕ ਪਾਸੇ ਸਰਕਾਰ ਕਹਿੰਦੀ ਆ ਵੀ ਧੰਦੇ ਹੈਗੇ ਅਪਣਾਓ, ਜੋ ਤੁਹਾਨੂੰ ਵੀ ਫਾਇਦਾ ਹੋਵੇ, ਪਾਣੀ ਦਾ ਜਿਹੜਾ ਲੈਵਲ ਆ ਉਹ ਵੀ ਨੀਚੇ ਨਾ ਜਾਵੇ। ਸਾਡੇ ਫਾਰਮਾਂ ਦੇ ਵਿੱਚ ਸਾਰੇ ਤੁਸੀਂ ਧਿਆਨ ਮਾਰੋ ਜੀ, ਅਸੀਂ ਮੱਕੀ ਦੀ ਖੇਤੀ ਜਿਹੜੀ ਨੂੰ, ਮੱਕੀ ਨੂੰ ਅੱਜ ਤੋਂ 5-7 ਸਾਲ 10 ਸਾਲ ਪਹਿਲਾਂ ਕੋਈ ਮੱਕੀ ਨੂੰ ਖਰੀਦਦਾ ਨਹੀਂ ਹੁੰਦਾ ਜੀ, ਅੱਜ ਸਾਡੇ ਫਾਰਮਰਾਂ ਕਰਕੇ ਰੇਟ ਮੱਕੀ ਦਾ ਕਿਸਾਨ ਨੂੰ, ਕਿਸੇ ਅਸੀਂ ਵੀ ਖੁਦ ਕਿਸਾਨ ਹਾਂ, ਸਾਡੇ ਮੱਕੀ ਦੇ ਖੇਤਾਂ ਦੇ ਵਿੱਚ ਕਿਸਾਨ ਇਹ ਰੇਟ ਦੇਖੋ ਵੀ ਕਿੱਥੇ ਤੱਕ ਫਸਲ ਦਾ ਰੇਟ ਚਲਾ ਗਿਆ ਜੀ, ਜੀਰੀ ਤੋਂ ਕਣ ਅਗਲਾ ਜੀਰੀ ਤੋਂ ਦੂਰ ਪਿੱਛੇ ਹਟਣ ਲੱਗ ਗਿਆ, ਡੇਅਰੀ ਫਾਰਮ ਵਾਲੇ ਹੋਰ ਕੀ ਕਰ ਸਕਦੇ ਨੇ? ਪਰ ਇਹ ਜੇ ਹੁਣ ਇਹ ਇੰਨਾ ਜ਼ਿਆਦਾ ਸਾਨੂੰ ਬੰਦ ਆਪਣਾ ਕਰਨਗੇ ਤੰਗ ਪਰੇਸ਼ਾਨ, ਤਾਂ ਫਾਰਮ ਬੰਦ ਹੋਣ ਦੇ ਨੌਬਰ 'ਤੇ ਚਲੇ ਜਾਣ। ਹਾਂਜੀ, ਅਸੀਂ ਆਪਣਾ 21 ਮਈ ਨੂੰ ਇੱਕ ਧਰਨਾ ਲਾਇਆ ਸੀਗਾ ਆਪਾਂ ਨੇ, ਇੱਕ ਦਿਨ ਵਾਸਤੇ ਮੋਹਾਲੀ ਪਲਾਂਟ ਦੇ ਵਿੱਚ, ਉੱਥੇ ਸ਼ਾਮ ਨੂੰ ਆਪਾਂ ਨਾਲ ਆਪਣੇ ਨਾਲ ਵਾਅਦਾ ਕੀਤਾ ਗਿਆ ਅਤੇ ਆਪਣੇ ਜਿਹੜੇ ਫਾਈਨਾਂਸ ਮਿਨਿਸਟਰ ਨੇ ਹਰਪਾਲ ਸਿੰਘ ਚੀਮਾ ਵੱਲੋਂ, ਵੀ ਜਿਹੜਾ ਆਪਣੀ ਮੰਗ ਸੀਗੀ ਉਦੋਂ ਉਸ ਟਾਈਮ 21 ਮਈ ਨੂੰ 55 ਰੁਪਏ ਕਿਲੋ ਫੈਟ ਦੀ, ਵੀ 20 ਰੁਪਏ ਕਿਲੋ ਫੈਟ ਦੇਣਾ ਸੀਗਾ ਮਿਲਕ ਫੈਟ ਵੇਰਕਾ ਨੇ, ਅਤੇ 55 ਰੁਪਏ 35 ਰੁਪਏ ਕਿਲੋ ਫੈਟ ਦੇਣਾ ਸੀਗਾ ਪੰਜਾਬ ਸਰਕਾਰ ਨੇ, ਅਤੇ ਵੇਰਕਾ ਨੇ 20 ਰੁਪਏ ਕਿਲੋ ਫੈਟ ਦਿੱਤਾ ਸੀਗਾ ਆਪਾਂ ਨਾਲ ਦੀ ਨਾਲ, ਅਤੇ ਜਿਹੜਾ ਗੌਰਮੈਂਟ ਵਾਲਾ 35 ਰੁਪਏ ਕਿਲੋ ਫੈਟ ਦਾ ਜਿਹੜਾ ਹੈਗਾ ਉਹ ਹਾਲੇ ਤੱਕ ਪੈਂਡਿੰਗ, ਸਾਨੂੰ ਉਹਨਾਂ 'ਚ ਕੋਈ ਪੈਸੇ ਨਹੀਂ ਦਿੱਤਾ ਹੈਗਾ। ਉਹਦੇ ਸੰਬੰਧ ਅਸੀਂ ਬਹੁਤ ਮੀਟਿੰਗਾਂ ਕੀਤੀਆਂ, ਆਪਣਾ ਹਰਪਾਲ ਸਿੰਘ ਚੀਮਾ ਸਾਹਿਬ, ਆਪਣਾ ਚੀਮਾ ਸਾਹਿਬ ਨੂੰ ਮਿਲੇ, ਅਤੇ ਸਰਕਾਰ ਤੱਕ ਬਹੁਤ ਵਾਰੀ ਅਧਿਕਾਰੀਆਂ ਨਾਲ ਮੀਟਿੰਗ ਹੋਈ ਆ, ਅਤੇ ਉਹਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਹੈਗਾ। ਉਹ ਆਖਰ ਮਤਲਬ ਮੀਟਿੰਗ ਕਰਨ ਤੋਂ ਬਾਅਦ ਫਿਰ ਆਪਾਂ ਨੂੰ ਹੁਣ ਇਹ ਜਿਹੜਾ ਡਿਸੀਜਨ ਲੈਣਾ ਪਿਆ ਐਜੀਟੇਸ਼ਨ ਦਾ। ਹਾਂਜੀ ਹਾਂ, ਤਕਰੀਬਨ ਹਰੇਕ ਜ਼ਿਲ੍ਹੇ ਦੇ ਵਿੱਚ 5000 ਬੰਦੇ ਦੇ ਪਹੁੰਚਣ ਦੇ ਹਿਸਾਬ ਨਾਲ ਜੀ।
ਅਤੇ ਤਕਰੀਬਨ ਲੱਖਾਂ ਦੀ ਗਿਣਤੀ 'ਚ ਉੱਥੇ ਇਕੱਠ ਮਤਲਬ 24 ਤਰੀਕ ਦਾ ਆਪਾਂ ਦਿੱਤਾ ਹੋਇਆ ਜੀ। ਪੂਰੇ ਪੰਜਾਬ 'ਚ ਕਿੰਨੇ ਨੇ ਪਸ਼ੂ ਪਾਲ ਜਿਹੜੇ ਪਸ਼ੂ ਪਾਲਕ ਨੇ, ਕਿੰਨੇ ਕੁ ਨੇ? ਦੇਖੋ ਪਸ਼ੂ ਪਾਲਕ ਤਾਂ ਹਰ ਪਿੰਡ ਦੇ ਵਿੱਚ, ਹਰ ਘਰ ਦੇ ਵਿੱਚ, ਠੀਕ ਹੈ ਨਾ। ਅਤੇ ਜਿਹੜੇ ਵੱਡੇ ਡੇਅਰੀ ਫਾਰਮਰ ਨੇ ਪੰਜਾਬ ਦੇ ਵਿੱਚ, ਤਕਰੀਬਨ ਉਹ 70,000 ਵੱਡਾ ਜਿਹੜਾ ਕਮਰਸ਼ੀਅਲ ਡੇਅਰੀ ਫਾਰਮ ਕਹਿੰਦੇ ਆਪਾਂ ਜਿਹਨੂੰ, ਬਾਕੀ ਆਪਣਾ ਹਰ ਕਿਸਾਨ ਆ ਜਿਹੜਾ ਉਹ ਪਸ਼ੂ ਪਾਲਣ ਦਾ ਕੰਮ ਕਰਦਾ, ਹਰ ਕਿਸਾਨ ਹੀ ਡੇਅਰੀ ਫਾਰਮਰ ਆ। ਇੱਕ ਦਿਨ ਦੀ ਹੈ ਜਿਹੜੀ ਇਹ ਕਾਲ ਹੈ, ਇੱਕ ਦਿਨ ਦੀ ਹੈ ਜਾਂ ਨਹੀਂ? ਇਹ ਹੈਗੀ ਆਪਣੀ, ਪਹਿਲਾਂ ਅਸੀਂ ਜਿਹੜਾ ਮੋਹਾਲੀ ਸੀਗੀ ਉਹ ਇੱਕ ਦਿਨ ਦੀ ਸੀਗੀ, ਇੱਕ ਦਿਨ ਸਰਕਾਰ ਨੇ ਮੰਗਾਂ ਮੰਗੀਆਂ ਮੰਨ ਲਈਆਂ ਸੀ ਆਪਣੀਆਂ, ਪਰ ਹੁਣ ਇਹ ਸਾਡੀ ਜਿਹੜੀ ਅਣਮਿੱਥੇ ਸਮੇਂ ਤੱਕ ਆ, ਕਿਉਂਕਿ ਸਾਨੂੰ ਸਰਕਾਰ 'ਤੇ ਭਰੋਸਾ ਕੋਈ ਨਹੀਂ ਹੈਗਾ, ਉਹ ਵਾਅਦਾ ਕਰਕੇ ਸਰਕਾਰ ਮੁੱਕ ਰਹੀ ਆ, ਅਤੇ ਅਸੀਂ ਹੁਣ ਆਪਣਾ ਇਹ ਅਣਮਿੱਥੇ ਸਮੇਂ ਤੱਕ ਜਦੋਂ ਤੱਕ ਸਾਡੇ ਪੈਸੇ ਜਿਹੜੇ ਆਪਣੇ ਅਕਾਊਂਟ 'ਚ ਨਹੀਂ ਆ ਜਾਂਦੇ, ਉਦੋਂ ਤੱਕ ਸਾਡਾ ਇਹ ਜਿਹੜਾ ਧਰਨਾ ਚੱਲੂਗਾ। ਬਕਾਇਆ ਕੋਈ ਦੇਖੋ ਆਪਣਾ ਤਕਰੀਬਨ 300 ਕਰੋੜ ਦੇ ਨੇੜੇ ਬਣਦਾ ਜੀ, ਪੂਰੇ ਪੰਜਾਬ ਦੇ ਜਿਹੜੇ ਕਿਸਾਨਾਂ ਦਾ ਬਕਾਇਆ। ਕੀ ਲੱਗਦਾ ਕਿ ਪੰਜਾਬ ਸਰਕਾਰ ਬਾਂਹ ਕਿਉਂ ਨਹੀਂ ਫੜ ਰਹੀ? ਇੱਕ ਪਾਸੇ ਤਾਂ ਬਿਮਾਰੀ ਜਿਹੜੀ ਭਿਆਨਕ ਆ, ਮਹਿੰਗੇ ਭਾਅ ਦੇ ਤੁਸੀਂ ਵੈਕਸੀਨ ਵੀ ਲਾਈ ਆ, ਆਪ ਇਲਾਜ ਕੀਤਾ, ਸਰਕਾਰ ਨੇ ਕੁਛ ਕੀਤਾ? ਦੇਖੋ ਪਹਿਲੀ ਤਾਂ ਸਰਕਾਰ ਦੀ ਗਲਤੀ, ਜਿਹੜੀ ਬਿਮਾਰੀ ਹੈ ਇਹ ਲੰਪੀ ਸਕਿਨ ਡਿਜੀਜ਼, ਆਪਾਂ ਸਾਰੇ ਜਾਣਦੇ ਹਾਂ ਕਿੰਨਾ ਨੁਕਸਾਨ ਕੀਤਾ ਫਾਰਮਰਾਂ ਦਾ ਨਾ। ਸਭ ਤੋਂ ਵੱਡੀ ਤਾਂ ਇਹ ਸਰਕਾਰ ਦੀ ਲਾਪਰਵਾਹੀ ਆ, ਕਿਉਂਕਿ ਇਹ ਬੜੀ ਬਿਮਾਰੀ ਆ, 4 ਸਾਲ ਪਹਿਲਾਂ ਆਪਣੇ ਉੜੀਸਾ ਤੋਂ ਸਟਾਰਟ ਹੋਈ ਸੀਗੀ ਇੰਡੀਆ ਦੇ ਵਿੱਚ, ਬਾਹਰ ਤਾਂ ਬਿਮਾਰੀ ਉਦੋਂ ਵੀ ਪਹਿਲਾਂ ਦੀ ਚੱਲਦੀ ਆ ਇਹ, ਅਤੇ ਪਹਿਲੇ ਸਾਲ ਇਹ ਪੰਜਾਬ ਦੇ ਵਿੱਚ ਥੋੜ੍ਹੀ ਬਹੁਤੀ ਆਈ ਸੀਗੀ। ਜਦੋਂ ਪਹਿਲੇ ਸਾਲ ਬਿਮਾਰੀ ਇੱਕ ਆ ਗਈ, ਆਪਾਂ ਨੂੰ ਪਤਾ ਵੀ ਦੁਬਾਰਾ ਫਿਰ ਆ ਸਕਦੀ ਹੈ, ਜਿਵੇਂ ਆਪਾਂ ਕੋਵਿਡ ਦੇਖਿਆ ਉਹਦੀ ਫਸਟ ਵੇਵ ਸੈਕਿੰਡ ਵੇਵ ਹੈ ਨਾ, ਅਤੇ ਗਵਰਨਮੈਂਟ ਜਿਹੜੀ ਆਪਣੀ ਐਨੀਮਲ ਹਸਬੈਂਡਰੀ ਆ ਬਿਲਕੁਲ ਲਾਪਰਵਾਹੀ ਉਹਦੀ, ਉਹ ਲਾਪਰਵਾਹ ਰਹੀ, ਉਹਨੇ ਕੋਈ ਵੈਕਸੀਨ ਦਾ ਧਿਆਨ ਨਹੀਂ ਕੀਤਾ ਹੈਗਾ, ਤਾਂ ਕਰਕੇ ਜਿਹੜੇ ਸਾਡੇ ਇੰਨੇ ਕਿਸਾਨਾਂ ਦਾ ਤਕਰੀਬਨ ਪੰਜਾਬ ਦੇ ਵਿੱਚ ਲਾ ਲਓ ਵੀ 1.5 ਲੱਖ ਦੇ ਕਰੀਬ ਪਸ਼ੂ ਜਿਹੜਾ ਮਰ ਚੁੱਕਿਆ ਇਸੇ ਬਿਮਾਰੀ ਦੇ ਕਾਰਨ। ਸਰਕਾਰ ਨੇ ਤਾਂ ਅਨਾਊਂਸ ਕੀਤਾ ਸੀਗਾ ਵੀ ਜ਼ਿਲ੍ਹੇ 'ਚ 3-3 ਲੱਖ ਰੁਪਇਆ ਉਹਦੇ ਨਾਲ, ਉਹ ਤੁਸੀਂ ਦੇਖੋ ਉਹਦੇ ਨਾਲ ਰਿਕਵਰੀ ਹੋਣੀ ਆ, ਉਹ ਸਾਰੇ ਇੱਕ ਪਿੰਡ ਨੂੰ 600 ਰੁਪਏ ਬਣਦਾ, 12,000 ਪਿੰਡ ਆ, 70 ਲੱਖ ਰੁਪਇਆ ਇਹਨੇ ਅਨਾਊਂਸ ਕੀਤਾ, ਅਤੇ 600 ਰੁਪਇਆ ਇੱਕ ਪਿੰਡ ਨੂੰ, ਇੱਕ ਪਸ਼ੂ ਦਾ ਇਲਾਜ ਦੇ ਉੱਪਰ 3-5,000 ਰੁਪਏ ਖਰਚਾ ਆ ਰਿਹਾ, 600 ਰੁਪਇਆ ਇਹ ਇੱਕ ਪਿੰਡ ਨੂੰ ਸਰਕਾਰ ਦੇ ਰਹੀ ਹੈ। ਇਹ ਤਾਂ ਇੱਕ ਹਾਸੋਹੀਣੀ ਗੱਲ ਆ ਸਰਕਾਰ ਵਾਸਤੇ, ਕੋਈ ਬਿਨਾਂ ਅੰਕੜਿਆਂ ਤੋਂ ਬਿਨਾਂ ਕਿਸੇ ਐਸਟੀਮੇਟ ਤੋਂ ਐਵੇਂ ਅਨਾਊਂਸ ਕਰਨ ਵਾਲੀ ਗੱਲ ਆ ਵੀ 70 ਲੱਖ ਪਾਤਾ ਜੀ, ਬਸ ਠੀਕ ਆ। ਅਸੀਂ 2010 ਤੋਂ ਡੇਅਰੀ ਫਾਰਮ ਕੀਤਾ ਹੋਇਆ ਜੀ, ਪਰ ਜੋ ਅੱਜ ਸਾਨੂੰ ਬਹੁਤ ਦੁੱਖ ਦੀ ਘੜੀ ਹੈ, ਜਿਹੜਾ ਸਾਡੇ ਫਾਰਮਾਂ ਦੇ ਵਿੱਚ ਇੱਕ ਤਾਂ ਬਿਮਾਰੀ ਨਾਲ ਅਸੀਂ ਜੂਝ ਰਹੇ ਹਾਂ, ਇੱਕ ਸਰਕਾਰ ਨਾਲ ਸਾਨੂੰ ਲੜਨਾ ਪੈ ਰਿਹਾ। ਹੁਣ ਓਲੰਪਿਕ ਸਕਿਨ ਦੀ ਬਿਮਾਰੀ ਨਾਲ ਸਾਡੇ ਡੰਗਰ ਬਿਮਾਰ ਨੇ, ਸਾਨੂੰ ਧਰਨੇ 'ਤੇ ਜਾਣਾ ਪੈਣਾ, ਸਾਡੀ ਮਜਬੂਰੀ ਆ। ਪਰ ਹੁਣ ਕਰੀਏ ਕਿ ਅਸੀਂ ਇਕੱਠੇ ਹੋ ਕੇ ਜਾਵਾਂਗੇ ਜ਼ਰੂਰ, ਪਿੰਡ ਦੇ ਵਿੱਚੋਂ ਸਾਡੇ ਘੱਟੋ ਘੱਟ 100 ਬੰਦਾ ਜਾਊਗਾ ਜੀ, ਸਰਕਾਰ ਨਾਲ ਲੜਨ ਲਈ ਤਿਆਰ ਹਾਂ। ਸਰਕਾਰਾਂ ਕਿਉਂ ਨਹੀਂ ਬਾਂਹ ਫੜਦੀਆਂ? ਕਿਉਂ ਜਦੋਂ ਪ੍ਰੋਫਿਟ ਹੁੰਦਾ ਹੈਗਾ ਤੁਹਾਨੂੰ ਵੀ ਪ੍ਰੋਫਿਟ ਦੇਣਾ ਚਾਹੀਦਾ? ਬਿਲਕੁਲ ਜੀ, ਹੁਣ ਦੇਖੋ ਜੋ ਅੱਜ ਦਾ ਰੇਟ ਆ ਬਾਜ਼ਾਰ ਦਾ ਦੁੱਧ ਦਾ, ਪੁੱਛ ਲਓ ਜਿਹੜਾ ਗਾਹਕ ਆ ਉਹਨੂੰ ਕੀ ਰੇਟ ਮਿਲ ਰਿਹਾ, ਪਰ ਕਿਸਾਨ ਨੂੰ ਕਿੰਨਾ ਘੱਟ ਰੇਟ ਮਿਲ ਰਿਹਾ। ਅਤੇ ਸਰਕਾਰਾਂ ਨੂੰ ਇਹ ਦੇਖਣਾ ਚਾਹੀਦਾ ਵੀ ਜੋ ਮਾਰਕੀਟ ਦਾ ਰੇਟ ਆ ਉਹਦੇ ਹਿਸਾਬ ਨਾਲ ਕਿਸਾਨਾਂ ਦਾ ਵੀ ਰੇਟ ਵਧਾਉਣਾ ਚਾਹੀਦਾ, ਜਿਹੜਾ ਪੈਦਾ ਕਰਦਾ ਕਿੰਨਾ ਔਖੇ ਘੜੀ ਦੇ ਵਿੱਚ ਉਹ ਦੁੱਧ ਨੂੰ ਪੈਦਾ ਕਰ ਰਿਹਾ। ਤੁਸੀਂ ਕਿੰਨੇ ਰੁਪਏ ਪਾਉਣੇ ਹੋਗੇ? ਸਾਡਾ 38 ਰੁਪਏ ਲੱਗ ਰਿਹਾ ਜੀ ਗਾਂ ਦਾ। ਹਾਂਜੀ ਠੀਕ ਆ, ਬਾਜ਼ਾਰ 'ਚ ਤਾਂ 50 ਰੁਪਏ ਵਿਕਦਾ ਹੋਣਾ, ਬਾਜ਼ਾਰ 60-65 ਦੇ ਕਰੀਬ ਵਿਕਦਾ, 70 ਰੁਪਏ ਵਿਕ ਰਿਹਾ। ਹਾਂਜੀ ਹਾਂਜੀ, ਵੀ ਸਰਕਾਰ ਨੂੰ ਚਾਹੀਦਾ ਵੀ ਸਾਡੀ ਬਾਂਹ ਫੜੇ, ਅਸੀਂ ਇੱਕ ਬਹੁਤ ਔਖੀ ਘੜੀ ਦੇ ਵਿੱਚੋਂ ਗੁਜ਼ਰ ਰਹੇ ਹਾਂ, ਨਹੀਂ ਤਾਂ ਫਾਰਮ ਬੰਦ ਕਰਾਂਗੇ ਫਿਰ, ਫਿਰ ਸਰਕਾਰ ਦੁੱਧ ਕਿੱਥੋਂ ਲੈ ਕੇ ਆਊਗੀ? ਇਹ ਸਰਕਾਰ ਨੂੰ ਹਾਲੇ ਪਤਾ ਨਹੀਂ ਵੀ ਕਿੰਨਾ ਕੁ ਸਰਕਾਰ ਨੂੰ ਮੁਸੀਬਤ 'ਚ ਲੰਘਣਾ ਪੈਣਾ। ਹਾਂਜੀ ਸਰ, ਤੂੜੀ ਦੇਖ ਲਓ 1,000 ਰੁਪਏ ਕੁਇੰਟਲ ਵਿਕ ਰਹੀ ਆ, ਜਿਹੜਾ ਚਾਰ ਪਿਛਲੀ ਵਾਰ 500-600 ਰੁਪਏ ਫੈਕਟਰੀਆਂ 'ਚੋਂ ਮਿਲਦਾ ਸੀ, ਉਹ ਇਸ ਵਾਰ 10 ਰੁਪਏ ਹੋ ਗਿਆ ਜੀ। ਵੀ ਇਹ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵੀ ਇਹਨੂੰ ਬੈਠ ਕੇ ਮਿਲਕ ਫੈਡ ਨਾਲ ਮਿਲ ਕੇ ਸਾਡੀਆਂ ਜਿਹੜੀਆਂ ਕੀਮਤਾਂ ਦੇ ਵਿੱਚ ਵਾਧਾ ਹੋਣਾ ਚਾਹੀਦਾ, ਘੱਟੋ ਘੱਟ 50 ਰੁਪਏ ਲੀਟਰ ਗਾਂ ਦਾ ਦੁੱਧ ਹੋਣਾ ਚਾਹੀਦਾ, ਤਾਂ ਡੇਅਰੀ ਫਾਰਮ ਬਚੂਗਾ। ਬਾਈ ਜੀ, 24 ਨੂੰ ਤਾਂ ਨਾ ਅਸੀਂ ਦੇਖੋ ਇੱਟ ਖੜਕਾ ਦਾਂਗੇ, ਇੰਨੀ ਵੱਡੀ ਪੱਧਰ 'ਤੇ ਜਾਵਾਂਗੇ, ਸਾਨੂੰ ਰੋਸ ਬਹੁਤ ਹੈ।
ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ ਉਹੀ ਨਹੀਂ ਨਿਭਾ ਰਹੀ। ਅਸੀਂ ਤਾਂ ਇਹਨਾਂ ਤੋਂ ਹੋਰ ਮੰਗ ਰਹੇ ਹਾਂ, ਸਾਡੀ ਡੇਢ ਡੇਢ ਲੱਖ ਦੀਆਂ ਗਾਵਾਂ ਮਰ ਗਈਆਂ, ਸਾਨੂੰ ਕੁਛ ਨਾ ਕੁਛ ਕੰਪਨਸੇਸ਼ਨ, ਲੱਖ ਨਹੀਂ 50,000 ਕੁਛ ਦਵਾਈਆਂ ਦਾ ਮੈਡੀਸਨ ਦਾ ਕੁਛ ਤਾਂ ਖਰਚਾ ਦਿੰਦੇ, ਸਾਡੇ ਨਾਲ ਤਾਂ ਬਹੁਤ ਦੋਹਰੀ ਮਾਰ ਪੈ ਗਈ। ਔਰ ਜਿਹੜੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਉਸ ਤੋਂ ਵੀ ਭੱਜ ਗਈ, 3 ਮਹੀਨੇ ਹੋ ਗਏ ਸਾਡੇ ਪ੍ਰਧਾਨਾਂ ਨੂੰ ਭੱਜੇ ਫਿਰਦਿਆਂ ਨੂੰ ਵਿਚਾਰਿਆਂ ਨੂੰ। ਔਰ ਉੱਧਰੋਂ ਮਹਾਂਮਾਰੀ ਫੈਲੀ ਹੋਈ ਹੈ, ਦੁੱਧ ਘੱਟ ਗਿਆ ਜੀ, ਦੁੱਧ ਰਿਹਾ ਨਹੀਂ ਪਲਾਂਟਾਂ ਕੋਲ, ਸਮਝ ਤੋਂ ਬਾਹਰ ਆ ਵੀ ਕਿਵੇਂ ਟਾਈਮ ਪਾਸ। ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ, ਦੂਜੀ ਇਹ ਮਹਾਂਮਾਰੀ ਆਈ ਹੋਈ ਹੈ, ਫਾਰਮਾਂ 'ਤੇ 8-8, 10-10 ਲੱਖ ਦਾ ਹਰੇਕ ਫਾਰਮਰ ਦਾ ਨੁਕਸਾਨ ਹੋ ਗਿਆ। ਸਰਕਾਰ ਨੇ ਇਹਦੇ ਵੱਲ ਕੋਈ ਤਵੱਜੋ ਨਹੀਂ ਦਿੱਤੀ ਜੀ। ਉਸ ਤੋਂ ਵੀ ਭੈੜੀ ਗੱਲ ਇਹ ਆ ਵੀ ਸਾਨੂੰ ਆਪਣੇ ਖੇਤਾਂ ਵਿੱਚ ਗਾਵਾਂ ਦੱਬਣੀਆਂ ਪਈਆਂ ਨੇ, ਇੱਕ ਟੋਏ ਦਾ 2,000 ਲੈ ਜਾਂਦਾ ਜੀ JBC ਮਸ਼ੀਨ ਵਾਲਾ, ਅਸੀਂ 6 ਗਾਵਾਂ ਦੱਬੀਆਂ ਨੇ ਅਤੇ ਸਾਡਾ 12,000 ਖਰਚਾ ਤਾਂ ਦੱਬਣ 'ਤੇ ਆ ਗਿਆ, ਬਾਕੀ ਟ੍ਰੀਟਮੈਂਟ 'ਤੇ 1.5 ਲੱਖ ਰੁਪਇਆ ਟ੍ਰੀਟਮੈਂਟ 'ਤੇ ਆ ਗਿਆ। ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਸਾਨੂੰ ਸਹੂਲਤ ਨਹੀਂ ਆਈ, ਡਾਕਟਰ ਵੀ ਨਹੀਂ ਅਵੇਲੇਬਲ ਕੀਤਾ ਗਿਆ ਸਾਡੇ ਤੱਕ।